वेलकम आई ਤੁਹਾਡਾ ਸਾਰਿਆਂ ਦਾ ਆਪਣੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ। ਤੇ ਅੱਜ ਦਾ ਵਲੌਗ ਪਹਿਲਾਂ ਤਾਂ ਆਪਾਂ ਰੇ ਛੱਡ ਕੇ ਆਉਣਾਗਾ ਮੋਟਰ ਤੇ ਉਸ ਤੋਂ ਬਾਅਦ ਫਿਰ ਅੱਗੇ ਦੇਖਦੇ ਹਾਂ ਕੀ ਬਣਦਾ ਗਾ। ਦੇਖੋ ਤੁਸੀਂ ਜੌਨ ਡੀਅਰ ਆਪਣਾ ਰਾਤ ਜਿਵੇਂ ਆਪਾਂ ਅੰਦਰ ਲਾਤਾ ਸੀਗਾ ਜਿਵੇਂ ਤੁਸੀਂ ਪਿਛਲੇ ਵਲੌਗ ਚ ਦੇਖਿਆ ਹੀ ਆ, ਤੇ ਹੁਣ ਆਪਾਂ ਇਹਨੂੰ ਦੁਬਾਰੇ ਕੱਢਦੇ ਹਾਂ ਬਾਹਰ। ਪਹਿਲਾਂ ਤਾਂ ਜਾਲੀ ਸਾਫ਼ ਕਰਦੇ ਹਾਂ, ਦੇਖ ਲਓ ਤੁਸੀਂ ਕਿੰਨੀ ਗੰਦੀ ਹੋ ਗਈ ਆ। ਦੇਖੋ ਇਹਦੇ ਤੇ ਆਪਾਂ ਸਪਰੇ ਮਾਰ ਦਿੰਦੇ ਹਾਂ ਜਿਹੜੀ ਆਪਣੇ ਕੋਲ ਆ ਪਈ ਆ ਟਾਇਰ ਫੋਮ ਸਪਰੇ। ਤੇ ਇਹਦੇ ਬਾਰੇ ਵੀ ਤੁਸੀਂ ਬਹੁਤ ਕੁਝ ਪੁੱਛ ਰਹੇ ਸੀਗੇ, ਅੱਜ ਤੁਹਾਨੂੰ ਸਾਰਾ ਕੁਝ ਦੱਸਾਂਗੇ। ਤੇ ਪਹਿਲਾਂ ਆਪਾਂ ਟਰੈਕਟਰ ਬਾਹਰ ਕੱਢਦੇ ਹਾਂ। ਕੱਲ੍ਹ ਵਾਲਾ ਸੀਨ ਹੋਊਗਾ, ਮੈਨੂੰ ਲੱਗਦਾ ਟਰੈਕਟਰ ਫੇਰ ਉਦਾਂ ਹੀ ਹੌਲੀ ਹੌਲੀ ਸਟਾਰਟ ਹੋਊਗਾ। ਤੇ ਮੈਨੂੰ ਨਾ ਕਈ ਲੋਕ ਕਹਿੰਦੇ ਸੀਗੇ ਵੀ ਨਾ ਇਹਦਾ ਅਲਟੀਨੇਟਰ ਦਾ ਕੰਮ ਕਰਾਓ ਜਾਂ ਸੈਲਫ ਦਾ ਕੰਮ ਕਰਾਓ, ਇਹ ਤਾਂ ਕਰਕੇ ਨਹੀਂ ਸਟਾਰਟ ਹੁੰਦਾ। ਬਾਈ ਹਾਂਜੀ, ਅਲਟੀਨੇਟਰ ਦਾ ਤਾਂ ਵੱਡਾ ਲੱਗਣ ਵਾਲਾ ਗਾ, ਪਰ ਸੈਲਫ ਇਹਦੀ ਪੂਰੀ ਸਹੀ ਆ। ਤੇ ਫਿਲਹਾਲ ਤਾਂ ਇਹਨੂੰ ਮੈਨੂੰ ਲੱਗਦਾ 24 ਘੰਟੇ ਵੀ ਨਹੀਂ ਹੋਏ, 12 ਘੰਟੇ ਹੋਏ ਆ ਖੜੇ ਨੂੰ ਟਰੈਕਟਰ ਨੂੰ। ਤੇ ਆਪਾਂ ਸਟਾਰਟ ਕਰਕੇ ਦੇਖਦੇ, ਹੁਣ ਮੈਂ ਇਧਰੋਂ ਸੈਲਫ ਮਾਰਦਾ, ਤੁਸੀਂ ਸਾਈਲੈਂਸਰ ਵੱਲ ਧਿਆਨ ਰੱਖੋ। ਤੇ ਵੀਡੀਓ ਚ ਅੱਗੇ ਵਧਣ ਤੋਂ ਪਹਿਲਾਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀਗੀ। ਤੇ ਜਿਹੜੀ ਤੁਸੀਂ ਪਿੱਛੇ ਵੀਡੀਓ ਦੇਖੀ ਆ, ਉਹਦੇ 'ਚ ਟਰੈਕਟਰ ਬਹੁਤ ਹੀ ਔਖਾ ਸਟਾਰਟ ਹੁੰਦਾ ਸੀਗਾ, ਤੇ ਮੈਂ ਹੀਟਰ ਨਹੀਂ ਲਾਇਆ ਸੀ ਉਹ ਵੀਡੀਓ 'ਚ। ਤੇ ਹੀਟਰ ਮੈਨੂੰ ਪਤਾ ਨਹੀਂ ਸੀ ਵੀ ਕਿੱਦਾਂ ਲੱਗਦਾ ਗਾ, ਤੇ ਫਿਰ ਮੈਂ ਹੁਣ ਬਹੁਤ ਸਰਚ ਕੀਤੀ, ਮੈਂ ਇੰਟਰਨੈਟ 'ਤੇ ਸਰਚ ਕੀਤਾ, ਤੇ ਪਤਾ ਲੱਗਿਆ ਵੀ ਹੈ ਨਾ ਚਾਬੀ ਨੂੰ ਆਪਾਂ ਇੱਕ ਵਾਰੀ ਉਹ ਚਾਬੀ ਲਾ ਲਈ, ਫਿਰ ਉਸ ਤੋਂ ਬਾਅਦ ਇਹਨੂੰ ਆਪਾਂ ਦੱਬਣਾ ਗਾ। ਆਹ ਦੇਖ ਲਓ ਤੁਸੀਂ ਲਾਈਟਾਂ ਡਿੰਮ ਹੋਣਗੀਆਂ, ਤੇ ਜਦੋਂ ਚਾਬੀ ਨੂੰ ਆਪਾਂ ਦੱਬਾਂਗੇ ਫਿਰ ਹੀਟਰ ਚੱਲੂਗਾ। ਇਹਨੂੰ ਆਪਾਂ ਘੱਟੋ ਘੱਟ 10-15 ਸੈਕਿੰਡ ਦੱਬਣਾ ਹੁੰਦਾ, ਫਿਰ ਉਸ ਤੋਂ ਬਾਅਦ ਸਟਾਰਟ ਕਰਨਾ ਹੁੰਦਾ। ਫਿਲਹਾਲ ਤਾਂ ਬਹੁਤ ਨਹੀਂ ਰਹੂਗਾ, ਤੁਹਾਨੂੰ ਸਟਾਰਟ ਨਹੀਂ ਮੈਂ ਕਰਕੇ ਦਿਖਾ ਸਕਦਾ। ਤੇ ਇਹ ਵੀਡੀਓ ਮੈਂ ਰਾਤ ਦੇ 12 ਵਜੇ ਬਣਾ ਰਿਹਾ, ਦੇਖ ਲਓ ਤੁਸੀਂ। ਆਹ ਦੇਖ ਲਓ 12:19 ਤੇ 20 ਦਸੰਬਰ, ਜਿੱਦਣੇ ਵਲੌਗ ਪੈਣਾ ਗਾ ਉਦਣੀ ਇਹ ਰਾਤ ਨੂੰ ਦੇਖ ਲਓ ਤੁਸੀਂ ਕਲਿੱਪ ਸ਼ੂਟ ਹੋ ਰਹੀ ਆ। ਤੇ ਵੀਡੀਓ ਐਡਿਟ ਕਰਦੇ ਕਰਦੇ ਨੇ ਮੈਨੂੰ ਦਿਮਾਗ 'ਚ ਖਿਆਲ ਆਇਆ, ਤੇ ਫਿਰ ਮੈਂ ਕਿਹਾ ਵੀ ਚਲੋ ਅੱਜ ਹੀਟਰ ਦਾ ਹੀ ਦੇਖਦੇ ਹਾਂ ਵੀ ਹੀਟਰ ਕਿਵੇਂ ਯੂਜ਼ ਕਰਨਾ ਗਾ। ਤੇ ਹੁਣ ਮੈਨੂੰ ਪਤਾ ਲੱਗ ਗਿਆ ਹੀਟਰ ਕਿਵੇਂ ਲਾਉਣਾ ਗਾ, ਤੇ ਫਿਰ ਹੁਣ ਅੱਗੇ ਤੋਂ ਆਪਾਂ ਹੀਟਰ ਯੂਜ਼ ਕਰਿਆ ਕਰਾਂਗੇ। ਤੇ 5-10 ਮਿੰਟ ਇਹਨੂੰ ਸਟਾਰਟ ਖੜਾ ਰਹਿਣ ਦਿੰਦੇ ਹਾਂ, ਫਿਰ ਥੋੜ੍ਹਾ ਜਿਹਾ ਮਤਲਬ ਵੀ ਗਰਮ ਜਿਹਾ ਹੋ ਜਾਊਗਾ, ਟਰੈਕਟਰ ਠੰਡਾ ਬਹੁਤ ਆ, ਸਿਆਲਾਂ 'ਚ ਇਹੀ ਕੰਮ ਹੁੰਦਾ। ਤੇ ਹੁਣ ਆਪਾਂ ਸਪਰੇ ਮਾਰਦੇ ਹਾਂ, ਅੱਜ ਮਿੱਟੀ ਚੱਕ ਦਾਂਗੇ ਜਿੰਨੀ ਵੇਖ ਗਏ ਸਾਰੀ। ਆਪਾਂ ਜਿਵੇਂ ਤੁਸੀਂ ਦੇਖ ਲਿਆ ਸਪਰੇ ਮਾਰਤੀ ਸੀਗੀ, ਤੇ ਪੂਰਾ ਵਧੀਆ ਚਮਕ ਚੁੱਕਿਆ ਹੈਗਾ। ਤੇ ਜਿਹੜੀ ਆ ਵਿੱਚ ਇਹਦੀ ਸਪਰੇ ਰਹਿ ਗਈ, ਆਪਦੇ ਆਪ ਹੀ ਇਹ ਸਾਫ਼ ਹੋ ਜਾਣੀ ਹੈਗੀ, ਦੇਖ ਲਓ ਤੁਸੀਂ ਆ ਜਿਹੜਾ ਇਹਦੇ ਵਿੱਚ ਰਹਿ ਗਿਆ। ਤੇ ਬਾਕੀ ਤੁਸੀਂ ਚੈੱਕ ਕਰ ਲਓ, ਪੂਰਾ ਵਧੀਆ ਚਮਕ ਗਿਆ ਟਰੈਕਟਰ ਆਪਣਾ, ਦੇਖੋ ਚਮਕ ਗਈ ਨਾ ਜਾਲੀ, ਨਵੀਂ ਬਣ ਗਈ ਨਾ ਜਮਾਂ। ਤੇ ਇੱਥੇ ਮੈਂ ਲੀਨ ਮਾਰਤੀ, ਜਿਹੜਾ ਮਾੜਾ ਮੋਟਾ ਗਰਦਾ ਜਿਹਾ ਚੜਿਆ ਹੋਇਆ ਸੀਗਾ ਉਹ ਲਾਤਾ। ਤੇ ਚਲੋ ਹੁਣ ਆਪਾਂ ਮੋਟਰ 'ਤੇ ਚੱਲਦੇ ਹਾਂ, ਦੇਖੀ ਆਪਾਂ ਸਟਾਰਟ ਕਰਕੇ ਵੀ ਹੁਣ ਵਧੀਆ ਸਟਾਰਟ ਹੋਊਗਾ। ਦੇਖੋ ਤੁਸੀਂ ਹੁਣ ਆਰਾਮ ਨਾਲ ਹੋ ਗਿਆ, ਪਹਿਲੀ ਵਾਰੀ ਜਦੋਂ ਟਰੈਕਟਰ ਹੀ ਠੰਡਾ ਹੁੰਦਾ ਗਾ। ਚਲੋ ਵੀ ਚੱਲਦੇ ਹਾਂ ਆਪਾਂ, ਇੱਥੋਂ ਉਤਾਰਨ ਲੱਗੇ ਟਰੈਕਟਰ ਥੱਲੇ ਸਾਰੀ ਲਿਫਟ ਚੱਕਣੀ ਪੈਂਦੀ ਆ। ਦੇਖੋ ਚੱਲ ਤੇ ਆਪਾਂ ਮੋਟਰ ਤੇ ਪਹੁੰਚ ਗਏ ਜੀ, ਤੇ ਆਹ ਦੇਖੋ ਤੁਸੀਂ ਆਲੂ ਆਪਣੇ। ਆ ਯਾਰ ਆਹ ਜਿਹੀਆਂ ਚੀਜ਼ਾਂ ਮੈਨੂੰ ਬਹੁਤ ਤੰਗ ਕਰਦੀਆਂ ਨੇ, ਰੰਗ ਲਾ ਦਿੰਦੀਆਂ ਨੇ। ਆਹ ਸੀਗਾ ਚਾਚਾ, ਉਹ ਸੀ ਚਾਚੇ ਨੂੰ ਸੱਦਦੇ ਆ, ਪੁੱਛਦੇ ਆ ਰੇ ਕਿੱਥੇ ਰੱਖਣਾ ਗਾ। ਤੇ ਆਪਾਂ ਚਾਚੇ ਕੋਲ ਜਿਵੇਂ ਤੁਹਾਨੂੰ ਪਤਾ ਪਹੁੰਚ ਗਏ, ਤੇ ਚਾਚਾ ਆਪਣੇ ਕੋਲੇ ਆ ਗਿਆ। ਚਾਚਾ ਕਹਿੰਦਾ ਹਾਂ ਨਾ ਵੀ ਇੱਕ ਥੈਲਾ ਉਰੇ ਲਾ ਜਾ, ਇੱਕ ਉਧਰ ਖੂੰਜੇ ਤੇ ਇੱਕ ਉਹ ਪੜੋਲੀਆਂ ਲਵੇ, ਤੇ ਬਾਕੀ ਮੋਟਰ ਤੇ ਹੈ ਨਾ ਚਾਚਾ। ਇੱਕ ਮੋਟਰ ਤੇ ਦੇਖ ਤੂੰ ਉਰੇ, ਇੱਕ ਆਹ 2-3 ਤੇ ਫਿਰ 2 ਕਿੱਥੇ ਲਾਉਣੇ ਆ, ਬਾਕੀ 3 ਹੋ ਗਏ। ਤਾਂ ਇੱਕ ਉਹ ਖੂੰਜੇ ਤੇ ਵੀ ਲਾਉਣਾ ਜਿੱਥੇ ਸਕੂਟਰੀ ਖੜੀ ਆ, ਉੱਥੇ ਹੀ ਉਹ ਪੜੋਲੀਆਂ ਲਵੀ, 2 ਲਾ ਦਾ ਉੱਥੇ, ਇੱਕ ਲਾ ਦੇ ਫਿਰ ਇੱਕ ਵਾਧੂ ਇਹ ਲਿਆਂਦਾ ਮੈਂ। ਅੱਛਾ ਪਾਉਣੇ ਤਾਂ 4 ਹੀ ਨੇ। ਠੀਕ ਆ, ਵੱਧ ਕੇ ਲੈਂਦਾ ਘੜ ਵੱਧ ਹੀ ਲੈਂਦਾ। ਅੱਛਾ ਚੱਲ ਠੀਕ ਆ, ਫਿਰ 2 ਛੱਡਿਆ ਮੈਂ ਉੱਥੇ ਕੋਠੇ ਕੋਲੇ, ਆਹੋ 2 ਛੱਡ ਦੇ ਚੱਲ ਫਿਰ ਮੈਂ ਸਕੂਟਰੀ ਚ। ਠੀਕ, ਇੱਕ ਥੈਲਾ ਦਾ ਆਪਾਂ ਲਾਤਾ, ਤੁਸੀਂ ਦੇਖ ਸਕਦੇ ਹੋ ਉਹ ਪਿਆ ਗਾ। ਤੇ ਆਪਾਂ ਆਪਣੀ ਅਗਲੀ ਡੈਸਟੀਨੇਸ਼ਨ ਤੇ ਪਹੁੰਚ ਗਏ, ਇੱਕ ਥੈਲਾ ਆਪਾਂ ਉਰੇ ਲਾਉਣਾ, ਰੋਕ ਲਈਏ। ਅੱਛਾ ਚਾਚਾ ਹੁਣ ਦੂਜਾ ਥੈਲਾ ਲਾ ਰਿਹਾ ਹੈਗਾ, ਚੱਲੀਏ। ਹੁਣ ਆਪਾਂ ਦੂਜੀ ਪਹੀ ਤੇ ਆ ਗਏ, ਤੇ ਇੱਧਰ ਮੂਹਰੇ ਸਕੂਟਰੀ ਖੜੀ ਆ, ਇਹਨੂੰ ਪਰੇ ਕਰਨਾ ਪਊਗਾ। ਮੂਹਰੇ ਮੂਹਰੇ ਲੈ ਚੱਲ ਸਕੂਟਰੀ, ਦੇਖੀ ਫੁੱਟ ਗਈ ਆ ਲੱਗਿਆ।
ਬੈਕ ਕਰਦਾ ਉਰੇ लगभग आप थैले तो लाते दो थैले बच गए। चाचा कहंदा एक मैं एक्सट्रा लेके आया सी ते एक आपां लाउणगा ते आ चाचा समान लेके आया स्प्रे करन नूं। चाचा स्प्रे भी करेंगा अज कल करेंगे फिर आ समान कते लै आया अज लिया के रख लिया है। चल ठीक है भी सही है। चाचा बेला मोड़न लग्या होया सीगा फिर इहदे विच रेह पाऊगा ना आपदा रास्ता क्लीयर करदा ना चाचा इदां मतलब भी आह आह किन्नी किन्नी खालियां छड्ड के चाचा आह तू बेला मोड़ दांगा पंज पंज आह तुसीं देख सकदे हो आह पंज छड्ड के गाहां तुहानूं थोड़े गैप जो दिस जाऊगा ओहदे च बेला मोड़िया हुई ने ओहदे विच चाचा जाऊगा तुर के ते फिर रेह पाऊगा। ए जगह बनाई है ते ए फिर चाचा किन्ने टाइम लई मतलब चल जांदा जदों आप इक वारी कर दिंदे आ बस हुण नहीं लोड़ पैणी हुण ऐ ही रहण गियां बस। अच्छा ठीक है ता फिर ते किसे दिन आपां आ भी ठीक करा के लियावांगे बाला इहने तंग करिया पैणा चाचा आ तुसीं देख सकदे हो डाले च किन्ना बेंगा आ देखो तुसीं उपरों देखो किन्ना बेंगा उरों बेंगा इक एक रो बाली खास ने डाले च थल्यो आ टुटिया पाया डाला ए यार फिर तुहानू पता ही है जो कोई मंग के लेके जांदा फिर तोड़ के हटा जांदा ना देरा करो चाचा ते आपां ट्राली च समान लाता सारा आ देख लो तुसीं पिया ते बाकी हुण आपां घर नू चलदे आ ते घरे चल के एक दो काम होर ने ओह करते आ। सो लैट्स गो। ते मैं घरे आ गया सीगा जी ट्रैक्टर मैं अपने वेहड़े च ही खड़ा लिया ते ना हुण मैं एक चीज चेक करदा सीगा अपने जो डंडे ने गे ना ये मैं हुण कसण लग्या सीगा ट्रैक्टर ते अपने फोर्ड ते ते मैं सोचा भी है ना एक बारी आपां जॉन्डियर ते ला के देखदे आ मतलब जॉन्डियर ते रख के उम्मीद माड़ा रख के देखदे आ पहला मैनूं नट खोल लैण दो नट खोल के ना रुक जाओ तां जी मैं इहदे च खोल ले ते हुण आपां फिलहाल उई इत्थे किते रख के देखदे आ इहनां नूं इत्थे कि जे ते हुण तुसीं चैक करो इहदे यार जमे मतलब वधिया लगदे बुरे लगदे आ मैनूं तां वधिया लगे बाकी तुसीं कमेंट करके दस्सिओ ਆਪਾਂ ਤਾਂ ਇਹਦਾ ਫੋੜ ਦੀ ਨੇ ਫੋੜ ਦੀ ਕਸਾਂਗੇ ਇਹ ਤਾਂ ਐਂ ਵਧੀਆ ਲੱਗਦਾ ਸਿੰਪਲ ਹੀ ਦੇਖੋ ਤੁਸੀਂ ਲੈ ਇੱਦਾਂ ਹੀ ਵਧੀਆ ਲੱਗਦਾ ਸਿੰਪਲ ਮਗਰਾੜ ਇਹਦੇ ਜਿਹੜੇ ਪਹਿਲਾਂ ਡੰਡੇ ਹੁੰਦੇ ਸੀਗੇ ਕਾਲੇ ਜੇ ਉਹਨਾਂ ਕਰਕੇ ਬੈਠਾ ਹੀ ਜਾਂਦਾ ਹੁੰਦਾ ਸੀ ਉਹ ਤਾਂ ਖੋਲੇ ਸੀਗੇ ਤੇ ਮਤਲਬ ਵੀ ਸੋਹਣਾ ਲੱਗਦਾ ਇੱਦਾਂ ਹੀ ਇਹ ਤਾਂ ਆਪਾਂ ਫੋੜ ਦੀ ਕਸਾਂਗੇ ਫੋੜ ਵੀ ਇੱਦਾਂ ਹੀ ਸੋਹਣਾ ਲੱਗਦਾ ਯਾਰ ਪਰ ਕਸਣੇ ਪੈਣੇ ਆ ਕਿਉਂਕਿ ਇਹਨਾਂ 'ਤੇ ਪੈਸੇ ਲਾਏ ਆ ਅਤੇ ਆਹ ਦੇਖੋ ਇੱਥੇ ਫਿਟਿੰਗ ਹੋ ਜਾਣੀ ਆ ਦੋਨੇ ਗਲੀਆਂ ਪ੍ਰੋਪਰ ਨੇਗੀਆਂ। ਚਲੋ ਹੁਣ ਮੈਂ ਨਟ ਕੱਸਦਾ ਇਹਨਾਂ ਦੇ ਦੋਨੇ ਪਾਸੇ ਤੇ ਕੱਸ ਕੇ ਤੇ ਫਿਰ ਤੁਹਾਨੂੰ ਦਿਖਾਉਣਾ। ਤੁਸੀਂ ਦੇਖ ਸਕਦੇ ਹੋ ਜੀ ਮੈਂ ਨਟ ਕੱਸਤੇ ਡੰਡਿਆਂ ਦੇ ਦੋਨੇ ਪਾਸੇ ਕੱਸਤੇ ਉਧਰਲਾ ਵੀ ਕੱਸ ਲਿਆ ਤੇ ਇਧਰਲਾ ਵੀ ਕੱਸ ਲਿਆ ਤੇ ਹੁਣ ਤੁਸੀਂ ਲੁੱਕ ਚੈੱਕ ਕਰੋ ਤੇ ਅਸੀਂ ਵਿਹਲੀ ਬੈਠੇ ਸੀਗੇ ਤੇ ਅਸੀਂ ਆਹ ਟਾਇਰ ਤੇ ਸਪਰੇਅ ਮਾਰਤੀ ਦੇਖ ਸਕਦੇ ਹੋ ਤੁਸੀਂ ਚਮਕ ਜਿਹਾ ਗਿਆ ਇੱਕੋ ਹੀ ਟਾਇਰ ਸੀਗਾ ਇਹ ਮਤਲਬ ਵੀ ਖਰਾਬ ਜਿਹਾ ਹੋਇਆ ਪਿਆ ਸੀਗਾ ਬਾਕੀ ਸਾਰੇ ਤਾਂ ਹਜੇ ਉਦਾਂ ਹੀ ਪਏ ਹੈਗੇ ਇਹਨਾਂ ਤੁਸੀਂ ਦੇਖ ਸਕਦੇ ਹੋ ਸਪਰੇਅ ਮਤਲਬ ਵੀ ਇਧਰਲਾ ਟਾਇਰ ਦੇਖ ਸਕਦੇ ਇਹ ਵੀ ਬਲੈਕ ਹੀ ਪਿਆ ਗਾ ਜਾਣੀ ਕਿ ਸਾਫ਼ ਪਿਆ ਗਾ ਉਹ ਟਾਇਰ ਥੋੜਾ ਜਿਹਾ ਗੰਦਾ ਹੋਇਆ ਪਿਆ ਸੀਗਾ ਉਹ ਤੇ ਮਾਰਤੀ ਸਪਰੇ ਤੇ ਮੇਰਾ ਯਾਰ ਦੋਸਤ ਆਇਆ ਸੀਗਾ ਮੇਰੇ ਕੋਲੇ ਤੇ ਅਸੀਂ ਫਿਰ ਵੱਡੇ ਸਕੂਲ ਚ ਆ ਗਏ ਇੱਥੇ ਤੇ ਅਸੀਂ ਇੱਥੇ ਸਟਿੰਗ ਜੀ ਪੀਣ ਲੱਗੇ ਸੀ ਆਹ ਦੇਖੋ ਤੁਸੀਂ ਇਹਨੇ ਮੇਰੀ ਸਟਿੰਗ ਦਾ ਕੀ ਕੀਤਾ ਆਹ ਕੀ ਕੀਤਾ ਯਾਰ ਤੈਂ ਆਪਦੀ ਤਾਂ ਜੀ ਸਾਫ਼ ਸੀ ਪਈ ਆ ਮੇਰੇ ਆਈ ਦਾ ਇਹਨੇ ਦੇਖੋ ਤੁਸੀਂ ਚਿੱਬ ਪਾਤੇ ਇੱਧਰ ਚਿੜੀਆਂ ਚੈਂ ਚੈਂ ਕਰਨ ਲੱਗੀਆਂ ਹੋਈਆਂ ਨੇ ਇੱਧਰ ਆ ਮੁੰਡੇ ਫੁੱਟਬਾਲ ਖੇਡਣ ਲੱਗੇ ਹੋਏ ਆ ਖੇਡ ਲੈਣ ਦੇ ਯਾਰ ਡਲਾਈ ਸੱਟ ਕਿੱਕ ਮਾਰ ਜਾ ਭਜਾ ਅੜੀ ਆਪਾਂ ਸਾਰੇ ਜਾਣੇ ਫੜ ਕੇ ਇਹਨੂੰ ਕੁੱਟੀਏ ਨਾ ਹੈ ਉਹ ਫਿਰ ਕੀ ਹੁੰਦਾ ਹਾਲ ਹੈ ਇੰਨਾ ਸ਼ਰਮਾਉਂਦੇ ਕਿਉਂ ਆ ਗਈ ਬਾਲ ਆ ਗਈ ਆ ਗਈ ਆ ਗਈ ਨੈਟ ਨਹੀਂ ਟੱਪੀ ਬਚ ਗਈ ਆ ਗਈ ਬਾਲ ਚੱਕ ਬਈ ਫੜਾਈ ਇੱਧਰ ਪਾਸ ਕਰੀ ਲੈ ਫੜ ਲਾ ਹੁਣ ਫੜਾਈ ਬਈ ਕਿੱਕਾ ਮਾਰੀ ਜਾਂਦਾ ਕਮਲਿਆਂ ਵਾਂਗੂ ਹੈ ਗੱਲ ਆ ਕੋਈ ਮੈਨੂੰ ਫੜਾ ਯਾਰ ਇੱਕ ਮੈਨੂੰ ਵੀ ਮਾਰ ਲੈਣ ਦੇ ਫੜਾਈ
दे बोलो बस कर ले चाओ पूरा। अब भाई कहना गक्क नहीं बजनी है की पता तेरी गल सही हो जाए कितने और पास चली गई। अरे यार तुम बदवा वाला आने हो गए ये गल गलत आ। चल आप खेडिए देखी हूं मैं घरे आ गया घरे चलता हलीन दा ते चाचे दा चिड़ी दा वाले दा मैच चलता देख दे केड़ा जितदा गा टंटन दोनों नु नहीं खेलना ओदा लै देख लो ए इधरों मार दिया उधरों हाथ च फड़ लै सारे पूरे जोरां सोरां ते चल रहा मैच आय हाय 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 चाचा यार हौली खेल जवाकरी रुस जूगी फिर आ दे लै हलीन रहन दे तुमसे ना हो पाएगा इन्हों चल रहना गा आप जाना गा पंज ग्राही पंज ग्राही चलते हैं तो उत्थे जाके जिहड़ी अपनी शॉप तैयार हो रही है वह दिखाने तुम चल के। मैं चाचे नूं कहा चल चलीए चाचा मैनूं कहिंदा कहिंदा खड़ जा चाह बन लैण दे हैं चाचा होर कहिंदा चाचा कल्ले खेडी आंदा बौंदल के चाचा चाचा कहने मेरे वीरे चट्टी लोई लैके सरा लाउंदा होया। तो यार एक चीज मैं नोटिस की जिहड़ी आपां 3M मारी सी ना उहदे नाल देख लो तुसीं आ जिहड़ी आह अपनी टेप सीगी 147 बनवाई सी आपां इह तों रंग फिट गया ਤੁਸੀਂ ਮਤਲਬ ਵੀ ਟੇਪ ਤੇ ਨਾ ਮਾਰਿਓ ਕਦੇ ਵੀ ਤੇ ਟੇਪ ਤੋਂ ਰੰਗ ਲਾ ਆਉਂਦੀ ਹੈ ਕਿ ਦੇਖ ਲਓ ਤੁਸੀਂ ਆ ਟੇਪ ਫਿੱਟ ਜੇ ਗਈ ਕੁਛ ਹੋਰ ਹੀ ਕਲਰ ਹੋ ਗਿਆ ਇਹਦਾ। ਉਹ ਕਹਿੰਦੇ ਕੀ ਹੋ ਗਿਆ ਕਹਿੰਦੇ ਚਾਚੇ ਨੇ ਭੂਰੀ ਲਾਤੀ ਤੇ ਚਾਹ ਬਣ ਗਈ ਆਪਾਂ ਦੇਖੋ ਤੁਸੀਂ ਚਾਹ ਲੈ ਕੇ ਚੱਲਿਆਂਗੇ ਉੱਥੇ ਕਿਉਂਕਿ ਉੱਥੇ ਤਾਂ ਫਿਰ ਉਵੇਂ ਪੈਸੇ ਫੂਕਣੇਗੇ ਆਪਾਂ ਘਰੋਂ ਹੀ ਲੈ ਚੱਲਦੇ ਹਾਂ ਚਾਹ ਹੈ ਨਾ ਚੱਲ ਆ ਚੱਲੀਏ ਚੱਕ ਨਾ ਆਏ ਹਾਏ ਚਾਚਾ ਦਸਤਾਨੇ ਲੱਭਣ ਗਿਆ ਚਾਚਾ ਹਾਏ ਦਾ ਧੁੱਪਾ ਕੁਛ ਨਹੀਂ ਹੁੰਦਾ ਚਲੋ ਆਪਾਂ ਚੱਲਦੇ ਹਾਂ ਚਾਹ ਚੱਕ ਕੇ ਚਾਚਾ ਤੂੰ ਹੀ ਚਲਾਈ ਠੀਕ ਆ ਕੀ ਚਲਾ ਲਾ ਆਪਦੀ ਮੈਂ ਮੁ ਨਹੀਂ ਚਲਾਉਂਦਾ ਫਿਰ ਤਾਂ ਮੈਂ ਫਿਰ ਨਹੀਂ ਮੈਂ ਜਾਂਦਾ ਹੈਗਾ ਯਾਰ ਮੈਨੂੰ ਨਹੀਂ ਪਤਾ ਤੂੰ ਚਲਾਈ ਮੈਂ ਤਾਂ ਮਗਰ ਬੈਠੂ ਨਹੀਂ ਚਾਚਾ ਚਲਾ ਲਾ ਤੇਰੇ ਦਸਤਾਨੇ ਪਾਏ ਹੋਏ ਮੇਰੇ ਕੋਲ ਦਸਤਾਨੇ ਨਹੀਂ ਹੈਗੇ ਬਸ ਬਸ ਤੂੰ ਚਲਾ ਮੈਂ ਮਗਰ ਬਹਿਣਾ ਕਹਿੰਦੇ ਕੌਣ ਆ ਗਿਆ ਉਹ ਤੁਹਾਡਾ ਬੱਚਾ ਹੀ ਐਵਰੇਜ ਕਿੰਨੀ ਦਿੰਦਾ ਗਾ ਤੁਸੀਂ ਦੱਸਦੇ ਨੀ ਗੇ ਮੈਂ ਉਧਰ ਵੀ ਪੁੱਛਿਆ ਸੀਗਾ ਤੁਹਾਡੇ ਤੋਂ ਚਾਚਾ ਮੈਨੂੰ ਕਹਿੰਦਾ ਕਹਿੰਦਾ ਹੁਣ ਆਪਾਂ ਕਿੱਥੇ ਨੂੰ ਚੱਲੀਏ ਨਾਲੇ ਤੈਨੂੰ ਪਤਾ ਕਿੱਥੇ ਜਾਣਾ ਗਾ ਚਲੋ ਦੇਖ ਲੋ ਇੰਨੀ ਚਾਚੇ ਨਾਲ ਹੈਂਡ ਕਰਨ ਨਾਲ ਵੀ ਫੇਰ ਵੀ ਚਾਚਾ ਨੀ ਮੰਨਿਆ ਹੈਗਾ ਮੈਨੂੰ ਚਲਾਉਣੀ ਪਊਗੀ ਤੇ ਤੁਹਾਨੂੰ ਇੱਕ ਚੀਜ਼ ਦਿਖਾਉਣੀ ਬਣਦੀ ਸੀ ਤੁਸੀਂ ਆਹ ਦੇਖੋ ਸਨਸੈਟ ਵਾਹ ਕਿਆ ਬਾਤ ਹੈ ਨਹੀਂ ਚਾਚਾ ਰੇਸ ਮਾੜੀ ਜੀ ਉਧਰ ਦੇਖੋ ਤੁਸੀਂ ਸਰਾ ਲੱਗਿਆ ਪਿਆ ਨਾ ਮੇਰੇ ਵੀਰੋ ਫੁਰਦ ਤੋਂ ਕਠਾਲੇ ਰਾਹ ਤੇ ਆਂਗੇ ਤੇ ਇਸ ਤੋਂ ਬਾਅਦ ਫਿਰ ਆਪਾਂ ਕਠਾਲਿਓ ਫਿਰ ਜਾਵਾਂਗੇ ਪੰਜ ਗਰਾਈਆਂ ਤੇ ਦੁਕਾਨ ਤੇ ਪਹੁੰਚ ਗਏ ਜੀ ਆਪਾਂ ਦੇਖੋ ਤੁਸੀਂ ਕੰਮ ਚੱਲ ਰਿਹਾ ਪੂਰਾ ਜੋਰਾਂ ਸ਼ੋਰਾਂ ਤੇ ਗਾਹ ਪਾਇਆ ਪਿਆ ਕਹਿੰਦੇ ਮੇਰੇ ਵੀਰੋ ਮਿਸਤਰੀ ਆਪਣਾ ਉਹੀ ਹੈਗਾ ਕਹਿੰਦੇ ਮੇਰੇ ਵੀਰੋ ਕੌਣ ਹੈ ਇਹ ਸਿੰਧਰੀ ਹੈ ਇਹ ਐ ਨਹੀਂ ਤਾਪਦਾ ਹੈਗਾ ਹੈ ਮਲਟੀ ਟੈਲੈਂਟਡ ਹੈਗਾ ਇਹ ਜਿਹੜਾ ਕੋਈ ਮਰਜ਼ੀ ਠੀਕ ਕਰਾ ਲਓ ਇਹਤੋਂ ਜਿਨ੍ਹਾਂ ਨੇ ਆਪਣੇ ਟੈਟ ਤੇ ਡਾਊਨ ਸੀਲਿੰਗ ਕੀਤੀ ਸੀ ਉਹੀ ਬੰਦਾ ਹੈਗਾ ਇਹ ਤੇ ਆਹ ਦੇਖੋ ਤੁਸੀਂ ਵਾਲਪੇਪਰ ਨੀ ਇੰਨਾ ਸੋਹਣਾ ਲੱਗਿਆ ਬਲੂ ਕਲਰ ਚ ਨਹੀਂ ਯਾਰ ਕੋਈ ਹੋਰ ਕਲਰ ਦਾ ਲਵਾਉਣਾ ਸੀਗਾ ਉਹ ਲਵਾਉਣਾ ਸੀਗਾ ਜਿਹੜਾ ਉਹ ਨੀ ਆਉਂਦਾ ਲੱਕੜੀ ਆਏ ਮਿਸਤਰੀ ਆ ਗਲਾਸ ਕਦੇ ਟੰਗਿਆ ਹੋਇਆ ਗੋਰੇ ਨਹੀਂ ਕੁਛ ਵੀ ਕੋਈ ਕੰਮ ਹੋਊਗਾ ਦੱਸੋ ਆ ਮਤਲਬ ਫੋਨ ਚਾਰਜ ਲਾਉਣ ਖਾਤਰ ਨਹੀਂ ਨਹੀਂ ਅੱਛਾ ਚਲਾਇਓ ਅੱਛਾ ਗਾਣਾ ਚੱਲਦਾ ਗਾਣੇ ਚੱਲਦੇ ਆ ਇਹਦੇ ਚ ਦੇਖੋ ਤੁਸੀਂ ਬਾਹਲਾ ਵੱਡਾ ਸਪੀਕਰ ਆਇਆ ਯਾਰ ਲੈ ਵਰਲਡ ਬਿਗੈਸਟ ਸਪੀਕਰ ਐਵਰ ਫਰਕ ਪੈਂਦਾ ਨਾ ਆਵਾਜ਼ ਦਾ ਤੇ ਆਪਾਂ ਉਹਦੇ ਇੱਕ ਕੰਮ ਕੀਤਾ ਬਸ ਸ਼ੀਸ਼ੇ ਲਾਏ ਹੈਗੇ ਦੋ ਘੰਟਿਆਂ ਚ ਇਹ ਦੁਕਾਨ ਦੇਖੋ ਤੁਸੀਂ ਕਿੱਟ ਦੀ ਦੁਕਾਨ ਆ ਬੰਦੇ ਦੇਖ ਲੋ ਇੱਥੇ ਕਿੰਨੇ ਫਿਰਦੇ ਆ ਅਸੀਂ ਇੱਕ ਦੋ ਤਿੰਨ ਚਾਰ ਮੈਂ ਤੇ ਪੰਜ ਤੇ ਛੇਵਾਂ ਉਹ ਸੀਗਾ ਇੰਨਾ ਕੰਮ ਹੈ ਨੀ ਗਾ ਇੰਨੇ ਜਿੰਨੇ ਬੰਦੇ ਆ ਗਏ ਇੰਨਾ ਕੰਮ ਹੈ ਨੀ ਵੱਧ ਬੰਦਿਆਂ ਨਾਲ ਕੰਮ ਖਰਾਬ ਹੀ ਹੁੰਦਾ ਸ਼ੀਸ਼ਾ ਇਹਨਾਂ ਨੇ ਇੱਕ ਫਿੱਟ ਕਰਨਾ ਗਾ ਬੰਦੇ ਦੇਖ ਲੋ ਤੁਸੀਂ ਕਿੰਨੇ ਲੱਗੇ ਹੋਏ ਆ ਘੱਟੋ ਘੱਟ ਪੰਜ ਜਾਣੇ ਲੱਗੇ ਹੋਏ ਆ
ਦੇਖਦੇ ਆ ਕਿਹਦੀ ਸਲਾਹ ਨਾਲ ਸੈੱਟ ਆਉਂਦਾ ਗਾ ਸ਼ੀਸ਼ਾ। ਤੇ ਹੁਣ ਆਪਾਂ ਵਾਪਸ ਘਰ ਨੂੰ ਚੱਲੇ ਆਂਗੇ। ਦੇਖ ਲਓ ਮੈਂ ਤਾਂ ਟੋਪੀ ਹੈ ਨਾ ਲੈ ਕੇ ਉੱਤੋਂ ਦੀ ਆਹ ਖਿੱਚਦੀ ਹਾਂ ਤੇ ਹੁਣ ਟਾਇਟ ਹੋ ਗਿਆ, ਹੁਣ ਠੰਡ ਨਹੀਂ ਲੱਗਦੀ ਹੈਗੀ। ਤੇ ਚਾਚੇ ਨੂੰ ਮੈਂ ਚਲਾਉਣ ਲਾਤਾ, ਤੇ ਚਾਚਾ ਕਹਿੰਦਾ ਮੈਨੂੰ ਕਹਿੰਦਾ ਤੂੰ ਹੀ ਬੁੜਾ ਜਿਹਾ ਸਮਝਦਾ ਗਾ ਮੈਨੂੰ, ਤੈਨੂੰ ਮੈਂ ਚਲਾ ਕੇ ਦਿਖਾਉਣਾ ਸਕੂਟਰੀ। ਹੁਣ ਚਾਚਾ ਚਲਾਉਣ ਲੱਗਿਆ ਹੋਇਆ ਗਾ, ਮੂਹਰੇ ਕੰਬਾ ਛਿੜਿਆ ਪਿਆ ਚਾਚੇ ਨੂੰ। ਵਿਊ ਚੈੱਕ ਕਰੋ ਤੁਸੀਂ, ਘਰੇ ਆਪਾਂ ਪਹੁੰਚ ਗਏ ਸੀਗੇ ਜੀ। ਤੇ ਹੁਣ ਆਪਾਂ ਟਰੈਕਟਰ ਅੰਦਰ ਲਾ ਦਈਏ ਤੇ ਲਾ ਦਿੰਦੇ ਹਾਂ ਯਾਰ ਅੰਦਰ। ਦੇਖ ਲਓ ਤੁਸੀਂ ਕਿੰਨੀ ਮਿੱਟੀ ਪੈ ਗਈ ਉੱਤੇ, ਹੈ ਨਾ। ਅੱਜ ਦੀ ਵਲੋਗ ਨੂੰ ਆਪਾਂ ਉਰੀ ਖਤਮ ਕਰ ਦਿਆਂਗੇ। ਉਮੀਦ ਹੈ ਤੁਹਾਨੂੰ ਵਲੋਗ ਪਸੰਦ ਆਇਆ ਹੋਊਗਾ। ਤੇ ਜਾਣ ਲੱਗੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਸਬਸਕ੍ਰਾਈਬ ਕਰ ਦਿਓ, ਸਬਸਕ੍ਰਾਈਬ ਕਰਨਾ ਬਹੁਤ ਜ਼ਰੂਰੀ ਆ। ਓਕੇ ਬਾਏ, ਨਵੇਂ ਵਲੋਗ ਦੇ ਵਿੱਚ ਮਿਲਦੇ ਹਾਂ। ਇੱਦਾਂ ਹੀ ਪਿਆਰ ਦਿੰਦੇ ਰਹੋ।